मैं हाँ जी हरकीरत सिंह आलूवालिया लैके हाजिर हाँ जी लॉ गाइड और लॉ गाइड के दसदे हैं कि की हलचल जी हैगी है इमीग्रेशन नू लैके ट्रंप प्रशासन वालों लगातार सुर्खियां सामने आ रही हैं। इमीग्रेशन आने वाले समय के आप कितने वेखांगे कितनी सख्ताई होगी या फिर इस कोविड-19 नू लैके सरकार केड़ी चल रही है चाल और चाहती है कि लोग अमेरिका दे विच ना रहन भजन इतों की और हो जन सत समुंदर पार। पर जब सरकार अजिहा फैसला लेंदियां हन तो फिर लॉ गाइड इस प्रोग्राम के तहत तुहानू दसदे आ कि घबराउण की लोड़ नहीं, सरकार फैसला लैन पर उन्होंने सू करन दे लई भी लगातार जिहड़ी यूनिवर्सिटीज़ की अज मैं गल तुहानू दसांगा क्योंकि अज विद्यार्थी जगत तो एक वड्डी खबर सामने आई है। वह खबर है कि ट्रंप सरकार नू क्यों होना पिया मजबूर और कहा कि तुसी हो विद्यार्थी तुहाडा नहीं है कोई भी कसूर। सीधा लैके चलते हैं असी वकील साहब जसप्रीत सिंह जी के कोल और उन्होंने तो जाने की कोशिश करते हैं विद्यार्थी जगत के स्टूडेंट जगत के कुछ हलचल सुनने को मिल रही है। सत श्री अकाल वकील साहब। हाँ जी हाँ जी अपना आलूवालिया साहब तुसी दस ही दिता सारा की जिहड़ी मेन हैगी पर इहदे च की आ कि इन्होंने 6 जुलाई में एक ऑर्डर किया जी ट्रंप एडमिनिस्ट्रेशन ने जी कि जिहड़े भी इत्थे स्टूडेंट वीजे ते आए आ लोग ओ चाहे मतलब उन्होंने जे कोई ऑनलाइन क्लासिस कीतियां एनरोल जिवें हुण कई कैंपसिस ने जिहड़े ऑनलाइन क्लासिस ही कर रहे आ फॉर्म च ओ जिहड़ियां दूजियां क्लासिस ने ओ नहीं कर रहे जी ते जे ऑनलाइन क्लासिस दे विच एनरोल किया उन्होंने तो उन्होंने स्टूडेंट वीजा कैंसल किया जाएगा तो उन्होंने इत्थों डिपोर्ट किया जाएगा। ठीक है इहदे ते उन्होंने एक ऑप्शन दी सी भी जिन्हां नूं ऑनलाइन क्लासिस इशू कीतियां ने जिहड़ियां एजुकेशन इंस्टीट्यूशन ने ओह जे चाहण तां ओह उन्हां एजुकेशन इंस्टीट्यूशन दे विच अपने ट्रांसफर कर सकदे आ कि जिन्हां दे विच उन्हां दा जिहड़ियां क्लासिस ऑन कैंपस होणगियां जां कुछ क्लासिस ऑन कैंपस होणगियां जिवें अद्धियां ऑन कैंपस हो गईआं ते अद्धियां ऑनलाइन हो गईआं जी ते ओह हुण प्रॉब्लम इह सीगी कि हुण जिहड़े ट्रांसफर किवें करेगा क्योंकि जिहड़े हुण बाकी एजुकेशन इंस्टीट्यूशन ने ओह हुण की पता भी जिहड़ा स्टूडेंट वीज़े नूं एक्सैप्ट करदे आ नहीं करदे आ सारे ओह भी ऑनलाइन ही आ ਇਸ ਕਰਕੇ ਇੱਕ ਇੰਸਟੀਟਿਊਸ਼ਨ ਤਾਂ ਆਨਲਾਈਨ ਹੈ ਨਹੀਂ ਉਹ ਤਾਂ ਫਿਰ ਸਾਰੇ ਆਨਲਾਈਨ ਨੇ ਸਟੇਟ 'ਚ ਜੀ ਤੇ ਇਸ ਕਰਕੇ ਉਹਨੂੰ ਪ੍ਰੋਬਲਮ ਸੀਗੀ ਤੇ ਉਹਦਾ ਕੀ ਕੀਤਾ ਵੀ ਪਹਿਲਾਂ ਤਾਂ ਇਹਨਾਂ ਨੂੰ ਅਪੀਲਾਂ ਬਹੁਤ ਕੀਤੀਆਂ ਜਿਵੇਂ ਜਿਹੜੀ ਇੰਡਸਟਰੀ ਨੇ ਸਾਰੀ ਨੇ ਕੀਤੀਆਂ ਜਿਵੇਂ ਗੂਗਲ ਵਾਲਿਆਂ ਨੇ ਕੀਤੀਆਂ ਐਪਲ ਨੇ ਜਿੰਨੇ ਸਾਰੇ ਇੱਥੇ ਵੱਡੇ ਜਿਹੜੇ ਹੈਗੇ ਇੰਡਸਟਰੀਅਲ ਹਾਊਸਿਸ ਆ ਵੀ ਇਹ ਠੀਕ ਨਹੀਂ ਆ ਜੀ ਐਜੂਕੇਸ਼ਨ ਇੰਸਟੀਟਿਊਸ਼ਨਸ ਨੇ ਕੀਤਾ ਪਰ ਇਹਨਾਂ ਦੇ ਜਿਵੇਂ ਟੱਸ ਤੋਂ ਮਸ ਨਹੀਂ ਹੋਏ ਇਹਨਾਂ ਨੇ ਕਿਹਾ ਵੀ ਨਹੀਂ ਅਸੀਂ ਇੱਥੇ ਐਡਮਿੰਟ ਆ ਜੀ ਤੇ ਇਸ ਤੋਂ ਬਾਅਦ ਕੀ ਹੋਇਆ ਵੀ ਹਾਰਵਰਡ ਤੇ MIT ਨੇ ਇਹ ਇੱਕ ਕੇਸ ਕਰ ਦਿੱਤਾ ਬੋਸਟਨ ਦੇ ਵਿੱਚ ਡਿਸਟ੍ਰਿਕਟ ਕੋਰਟ ਦੇ ਵਿੱਚ ਜੀ ਤੇ ਉਹਨਾਂ ਦੇ ਨਾਲ ਹੋਰ ਵੀ ਕਾਫੀ ਜਿਹੜੇ ਐਜੂਕੇਸ਼ਨ ਇੰਸਟੀਟਿਊਸ਼ਨ ਹੈਗੇ ਜੁੜ ਗਏ। ਠੀਕ ਹੈ ਤੇ ਉਹਨਾਂ ਨੇ ਕਿਹਾ ਵੀ ਇਹ ਟੋਟਲੀ ਜਿਹੜਾ ਫੈਸਲਾ ਗਲਤ ਹੈ ਇਲੀਗਲ ਹੈ ਕਿਉਂਕਿ ਅਸੀਂ ਜਿਹੜਾ ਸਟੂਡੈਂਟਸ ਦੇ ਨਾਲ ਮਤਲਬ ਕੰਟਰੈਕਟ ਕੀਤਾ ਹੋਇਆ ਕੀਤਾ ਵੀ ਤੁਹਾਨੂੰ ਪੜ੍ਹਾਵਾਂਗੇ ਹੁਣ ਅਸੀਂ ਦੇਖਣਾ ਵੀ ਕਿੱਦਾਂ ਪੜ੍ਹਾਉਣਾ ਜੀ ਜੇ ਅਸੀਂ ਹੁਣ ਹਾਲਾਤ ਖਰਾਬ ਨੇ ਇੱਥੇ ਕਰੋਨਾ ਵਾਇਰਸ ਕਰਕੇ ਤੇ ਅਸੀਂ ਉਹਨਾਂ ਨੂੰ ਕੈਂਪਸ ਤੇ ਨਹੀਂ ਜਿਹੜੀ ਹੈਗੀ ਆ ਉਹ ਐਜੂਕੇਸ਼ਨ ਦੇ ਸਕਦੇ ਤਾਂ ਅਸੀਂ ਆਨਲਾਈਨ ਪੜ੍ਹਾਵਾਂਗੇ ਉਹਨਾਂ ਨੂੰ ਜੀ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਅਸੀਂ ਇਹ ਸਾਰਾ ਜਿਹੜਾ ਹੈਗਾ ਉਹ ਸਾਡਾ ਕੰਮ ਹੈ ਦੇਖਣਾ ਨਾ ਕਿ ਸਾਨੂੰ ਸਰਕਾਰ ਦੱਸੇ ਕਿ ਤੁਸੀਂ ਕਿੱਦਾਂ ਪੜ੍ਹਾਉਣਾ ਕਿਉਂਕਿ ਜਿਹੜਾ ਕੈਂਪਸ ਆ ਉਹਦੇ ਵਿੱਚ ਜਿਹੜੇ ਟੀਚਰਸ ਨੇ ਪ੍ਰੋਫੈਸਰ ਨੇ ਉਹਨਾਂ ਦੀ ਸੇਫਟੀ ਵੀ ਚਾਹੀਦੀ ਆ ਸਟੂਡੈਂਟਸ ਦੀ ਵੀ ਚਾਹੀਦੀ ਆ ਤੇ ਉਹਨਾਂ ਨੇ ਇਹ ਕਿਹਾ ਵੀ ਇਹ ਫੈਸਲਾ ਜੇ ਵਾਪਸ ਨਾ ਲਿਆ ਕਿਉਂਕਿ 1.2 million ਇੱਥੇ ਸਟੂਡੈਂਟ ਆ ਹਰਕੀਰਤ ਜੀ ਮਤਲਬ ਅਮਰੀਕਾ ਦੇ ਵਿੱਚ ਜਿਹੜਾ ਸਟੂਡੈਂਟ ਵੀਜ਼ੇ ਤੇ ਆ। ਬਿਲਕੁਲ ਵਕੀਲ ਸਾਹਿਬ ਇਹ ਗੱਲ ਮੰਨਣੀ ਪਏਗੀ ਕਿ ਪੂਰੇ ਆਲ ਓਵਰ ਵਰਲਡ ਤੋਂ ਲੋਕ ਜਿਹੜਾ ਸਪੈਸ਼ਲ ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਪੜ੍ਹਨ ਆਉਂਦੇ ਆ ਔਰ ਉਹਦਾ ਜਿਹੜਾ ਫਾਇਦਾ ਹੈ ਸਰਕਾਰਾਂ ਨੂੰ ਵੀ ਪਹੁੰਚਦਾ ਕਿਉਂਕਿ ਇੱਕ ਤਰੀਕੇ ਨਾਲ ਰੈਵਨਿਊ ਵੀ ਜਨਰੇਟ ਹੀ ਹੁੰਦਾ ਯੂਨੀਵਰਸਿਟੀਆਂ ਨੂੰ ਵੀ ਫਾਇਦਾ ਪਹੁੰਚਦਾ ਭਾਵੇਂ ਮੈਂ ਹਾਰਵਰਡ ਯੂਨੀਵਰਸਿਟੀ ਦੀ ਗੱਲ ਕਰਾਂ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੀ ਗੱਲ ਕਰਾਂ ਮਿਸ਼ੀਗਨ ਯੂਨੀਵਰਸਿਟੀ ਦੀ ਗੱਲ ਕਰਾਂ ਸੋ ਆਈ ਥਿੰਕ ਜਿਹੜਾ ਇਹ ਫੈਸਲਾ ਸਰਕਾਰ ਵੱਲੋਂ ਲਿੱਤਾ ਗਿਆ ਸੀਗਾ ਉਹ ਕਿੱਥੇ ਨਾ ਕਿੱਥੇ ਸਟੂਡੈਂਟਾਂ ਦੇ ਹੱਕ ਦੇ ਵਿੱਚ ਨਹੀਂ ਸੀਗਾ। ਹਾਂਜੀ ਇਹਦਾ ਤਾਂ ਬਹੁਤ ਜ਼ਿਆਦਾ ਵਿਰੋਧ ਸੀ ਕਿਉਂਕਿ ਇਹਦੇ ਹੱਕ ਦੇ ਵਿੱਚ ਤਾਂ ਮਤਲਬ ਨਾ ਤਾਂ ਕੋਈ ਐਜੂਕੇਸ਼ਨ ਇੰਸਟੀਟਿਊਸ਼ਨ ਸੀਗਾ ਨਾ ਜਿਹੜੀ ਅਮਰੀਕਾ 'ਚ ਇੰਡਸਟਰੀ ਆ ਉਹ ਸੀਗੀ ਤੇ ਕਿਉਂਕਿ ਇਹਦਾ ਤਾਂ ਸਿੱਧਾ ਸਿੱਧਾ ਨੁਕਸਾਨ ਸੀਗਾ ਸਾਰਿਆਂ ਨੂੰ ਹੀ ਤੇ ਇਸ ਤੋਂ ਇਲਾਵਾ ਕੀ ਹੋਇਆ ਵੀ ਜਿਹੜੀ ਜੌਨ ਹੌਪਕਿਨ ਯੂਨੀਵਰਸਿਟੀ ਆ ਉਹਨੇ ਵੀ ਕੇਸ ਕੀਤਾ ਇਹਨਾਂ ਦੇ ਖਿਲਾਫ ਵਾਸ਼ਿੰਗਟਨ DC 'ਚ ਤੇ ਉਹਦੇ ਨਾਲ ਨਾਲ ਕੈਲੀਫੋਰਨੀਆ ਨੇ ਵੀ ਸੂ ਕੀਤਾ ਇਹਨਾਂ ਨੂੰ ਤੇ ਨਵੀਂ ਡਿਵੈਲਪਮੈਂਟ ਕੱਲ੍ਹ ਕੀ ਹੋਈ ਵੀ 17 ਸਟੇਟਾਂ ਦੇ ਅਟਾਰਨੀ ਜਨਰਲ ਜਿਹੜਾ ਬੋਸਟਨ ਵਾਲਾ ਕੇਸ ਆ ਉਹਦੇ ਵਿੱਚ ਸ਼ਾਮਲ ਹੋ ਗਏ। ਠੀਕ ਹੈ ਉਹਨਾਂ ਨੇ ਮਤਲਬ ਇਹ ਕਿਹਾ ਵੀ ਅਸੀਂ ਵੀ ਜਿਹੜੇ ਸਾਡੀਆਂ ਸਟੇਟਾਂ ਨੇ ਉਹ ਇਸ ਪਾਲਿਸੀ ਦੇ ਖਿਲਾਫ ਨੇ ਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ
ਜਦੋਂ ਇੰਨਾ ਜ਼ਿਆਦਾ ਹੋ ਗਿਆ ਤੇ ਜਿਹੜੀ ਅੱਜ ਜਦੋਂ ਅੱਜ ਉੱਥੇ ਹੇਅਰਿੰਗ ਹੋਣੀ ਸੀਗੀ ਇਹਦੀ ਮਤਲਬ ਕੋਰਟ ਦੇ ਵਿੱਚ, ਤਾਂ ਹੇਅਰਿੰਗ ਤੋਂ ਪਹਿਲਾਂ ਹੀ ਜਿਹੜੀ ਗਵਰਨਮੈਂਟ ਸੀਗੀ ਉਹਨੇ ਡਿਸੀਜਨ ਵਾਪਸ ਲੈ ਲਿਆ, ਤੇ ਜੱਜ ਸਾਹਿਬ ਨੇ ਅਨਾਊਂਸ ਕਰਤਾ ਕੋਰਟ ਦੇ ਵਿੱਚ ਵੀ ਉਹ ਡਿਸੀਜਨ ਜਿਹੜਾ ਗਵਰਨਮੈਂਟ ਨੇ ਆਪਣਾ ਰਿਸੈਂਟ ਕਰਤਾ ਵਾਪਸ ਲੈ ਲਿਆ, ਤੇ ਇਸ ਕਰਕੇ ਹੇਅਰਿੰਗ ਦੀ ਹੁਣ ਕੋਈ ਲੋੜ ਨਹੀਂ ਹੈਗੀ। ਤੇ ਇਹ ਜਿਹੜਾ ਮਤਲਬ ਕਿਸੇ ਨੂੰ ਵੀ ਜੇ ਆਨਲਾਈਨ ਕਲਾਸਿਸ ਲਏਗਾ ਤਾਂ ਕਿਸੇ ਸਟੂਡੈਂਟ ਨੂੰ ਡਿਪੋਰਟ ਨਹੀਂ ਕੀਤਾ ਜਾਏਗਾ। ਵਕੀਲ ਸਾਹਿਬ ਸੋ ਇਹ ਤੁਹਾਨੂੰ ਸਟੂਡੈਂਟਾਂ ਲਈ ਬਹੁਤ ਵੱਡਾ ਫੈਸਲਾ ਕੀਰਤ ਜੀ, ਬਹੁਤ ਉਹਨਾਂ ਵਾਸਤੇ ਗੁੱਡ ਨਿਊਜ਼ ਆ ਜੀ, ਤੇ ਇਟਸ ਏ ਰੀਅਲੀ ਮਤਲਬ ਉਹਨਾਂ ਵਾਸਤੇ ਜਿਵੇਂ ਉਹਨਾਂ ਦਾ ਜਿਹੜਾ ਹੈਗਾ ਸੂਲੀ ਤੇ ਟੰਗੇ ਸੀ ਵੀ ਕੀ ਕਰੀਏ, ਇੱਕ ਤਾਂ ਕਰੋਨਾ ਆ ਗਿਆ ਉਧਰੋਂ ਆਨਲਾਈਨ ਕਲਾਸਿਸ ਆ, ਤੀਜਾ ਉਹ ਜੇ ਮਤਲਬ ਵਾਪਸ ਨਹੀਂ ਜਾ ਸਕਦੇ ਕਿਉਂਕਿ ਲੋਕਡਾਊਨ ਹੈ ਕਈ ਜਗ੍ਹਾ ਤੇ, ਤਾਂ ਉਹਨਾਂ ਵਾਸਤੇ ਬਹੁਤ ਵੱਡੀ ਖੁਸ਼ਖਬਰੀ ਹੈ। ਵਕੀਲ ਸਾਹਿਬ ਤੁਹਾਨੂੰ ਇੰਨੇ ਸਾਲ ਹੋ ਗਏ ਨਾ, ਤਜਰਬਾ ਤੁਹਾਨੂੰ ਹੋ ਗਿਆ, ਤੁਸੀਂ ਇੰਨੇ ਸਾਰੇ ਰਾਸ਼ਟਰਪਤੀ ਵੇਖੇ ਇਸ ਮੁਲਕ ਦੇ ਵਿੱਚ, ਹੁਣ ਜਿਹੜਾ ਆ ਰਾਸ਼ਟਰਪਤੀ ਤੁਸੀਂ ਵੇਖ ਰਹੇ ਹੋ, ਐਡਾ ਐਡਮਿੰਟ ਤੁਹਾਨੂੰ ਕਿਉਂ ਲੱਗਦਾ ਵੈਨ ਇਟ ਕਮਸ ਟੂ ਇਮੀਗ੍ਰੇਸ਼ਨ? ਵਾਈ ਹੀ ਸੋ ਮਚ ਯੂ ਨੋ ਪੋਜੈਸਿਵ ਅਬਾਊਟ ਇਮੀਗ੍ਰੇਸ਼ਨ? ਤੁਹਾਨੂੰ ਕੀ ਲੱਗਦਾ ਤੁਹਾਡੇ ਨਜ਼ਰੀਏ ਤੋਂ, ਅਗਰ ਸਮਝਣ ਦੀ ਕੋਸ਼ਿਸ਼ ਕਰੀਏ, ਇੱਕ ਅਟਰਨੀ ਦੇ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰੀਏ, ਵਟ ਯੂ ਥਿੰਕ ਅਬਾਊਟ ਇਟ? ਦੇਖੋ ਇਸ ਤਰ੍ਹਾਂ ਹੈਗਾ ਕਿ ਜਦੋਂ ਇਹਨਾਂ ਨੇ ਪ੍ਰੈਜੀਡੈਂਟ ਟਰੰਪ ਨੇ ਪਹਿਲਾਂ ਇਲੈਕਸ਼ਨ ਆਪਣੀ ਜਿਹੜੀ ਹੈਗੀ ਲੜੀ ਸੀ, ਤੁਹਾਨੂੰ ਯਾਦ ਹੋਏਗਾ ਜਦੋਂ ਕੈਂਡੀਡੇਟ ਸੀਗੇ ਇਹ ਜੀ, ਉਦੋਂ ਜਿਹੜੇ ਬਾਕੀ ਦੇ ਕੈਂਡੀਡੇਟ ਸੀ ਜਿਵੇਂ ਦੂਜੇ ਪਾਸੇ ਜਿਵੇਂ ਹੈਗਾ ਬੁਸ਼ ਸੀਗਾ, ਜੈਬ ਬੁਸ਼ ਜੀ, ਉਹਨਾਂ ਨਾਲ ਇਹਨਾਂ ਦਾ ਮੇਨ ਜਿਹੜਾ ਪੁਆਇੰਟ ਦਾ ਡਿਸਪਿਊਟ ਹੀ ਇਸ ਗੱਲ ਦਾ ਸੀ ਵੀ ਉਹ ਥੋੜਾ ਜਿਹਾ ਪ੍ਰੋ ਇਮੀਗ੍ਰੇਸ਼ਨ ਸੀਗਾ, ਤਾਂ ਉਹਨੂੰ ਇਹ ਕਹਿੰਦੇ ਸੀ ਵੀ ਇਹ ਸੌਫਟ ਆ ਔਨ ਇਮੀਗ੍ਰੇਸ਼ਨ। ਤੇ ਇਹਨਾਂ ਨੇ ਜਿਹੜਾ ਸਟੈਂਡ ਲਿਆ ਉਹ ਇਹ ਲਿਆ ਵੀ ਇਹ ਜਿਹੜੀ ਇਮੀਗ੍ਰੇਸ਼ਨ ਹੈਗੀ ਆ ਇਲੀਗਲ ਇਮੀਗ੍ਰੇਸ਼ਨ ਬੰਦ ਹੋਣੀ ਚਾਹੀਦੀ ਆ, ਸਦਰਨ ਬਾਰਡਰ ਬੰਦ ਹੋਣਾ ਚਾਹੀਦਾ, ਸ਼ੁਰੂ ਤਾਂ ਕੀਤਾ ਉੱਥੋਂ, ਉਹਦੇ ਨਾਲ ਨਾਲ ਹੁਣੇ ਆ ਗਏ ਲੀਗਲ ਇਮੀਗ੍ਰੇਸ਼ਨ ਦੇ ਦੁਆਲੇ। ਹੁਣ ਇਹਨਾਂ ਨੇ ਪਰਸੋਂ ਪ੍ਰੈਜੀਡੈਂਟ ਬੁਸ਼ ਨੇ ਬਿਆਨ ਦਿੱਤਾ ਇੱਕ ਕਿ ਮੈਂ ਇੱਕ ਮਹੀਨੇ ਦੇ ਅੰਦਰ ਅੰਦਰ ਐਗਜੈਕਟਿਵ ਆਰਡਰ ਕਰਾਂਗਾ ਡਾਕਾ ਵਾਲਿਆਂ ਲਈ, ਤੇ ਮੈਂ ਜਿਹੜਾ ਇਮੀਗ੍ਰੇਸ਼ਨ ਸਿਸਟਮ ਹੈਗਾ ਇਹਨੂੰ ਮੈਰਿਟ ਬੇਸ ਕਰਾਂਗਾ। ਹੁਣ ਮੈਰਿਟ ਬੇਸ ਦਾ ਮਤਲਬ ਇਹ ਆ ਵੀ ਜਿਹੜਾ ਅਮਰੀਕਾ ਦਾ ਹਰਕੀਰਤ ਜੀ ਸਿਸਟਮ ਹੈ, ਫੈਮਿਲੀ ਬੇਸ ਇਮੀਗ੍ਰੇਸ਼ਨ ਸਿਸਟਮ ਹੈ ਜਿਹੜਾ ਕਿ ਪ੍ਰੈਜੀਡੈਂਟ ਕੈਨੇਡੀ ਦੇ ਵਕਤ ਤੋਂ ਚੱਲਦਾ ਆ ਰਿਹਾ। ਤੋ ਇਹਦਾ ਮਤਲਬ ਇਹ ਆ ਵੀ ਜਿਵੇਂ ਇੱਕ ਬੰਦਾ ਉਹਨੇ ਮਤਲਬ ਵਿਆਹ ਕਰਾਇਆ ਸਿਟੀਜ਼ਨ ਨਾਲ, ਇੱਥੇ ਆ ਗਿਆ, ਇੱਥੇ ਪੱਕਾ ਹੋ ਗਿਆ, ਉਦੋਂ ਬਾਅਦ ਉਹ ਆਪਣੇ ਜਿਹੜੇ ਹੈਗੇ ਪੇਰੈਂਟਸ ਨੂੰ ਬੁਲਾ ਸਕਦਾ, ਆਪਣੇ ਭੈਣਾਂ ਭਰਾਵਾਂ ਨੂੰ ਬੁਲਾ ਸਕਦਾ, ਮਤਲਬ ਆ ਫੈਮਿਲੀ ਯੂਨੀਫਿਕੇਸ਼ਨ। ਇਹ ਸਾਰਾ ਸਿਸਟਮ ਉਹਦੇ ਆਲੇ ਦੁਆਲੇ ਘੁੰਮਦਾ ਪਿਛਲੇ ਆਲਮੋਸਟ 50-60 ਸਾਲ ਤੋਂ ਜੀ। ਤੇ ਹੁਣ ਇਹ ਆ ਵੀ ਲੇਕਿਨ ਉਹ ਲਾਅ ਬਣਿਆ ਹੋਇਆ, ਲਾਅ ਨੂੰ ਤਾਂ ਚੇਂਜ ਕਰ ਨਹੀਂ ਸਕਦਾ, ਲਾਅ ਨੂੰ ਤਾਂ ਚੇਂਜ ਕਰਨ ਵਾਸਤੇ ਜਿਹੜਾ ਹਾਊਸ ਆਫ ਰੈਪ੍ਰੈਜੈਂਟੇਟਿਵ ਆ ਸੈਨੇਟ ਆ ਉਹਦੇ ਵਿੱਚ ਪਾਸ ਹੋਣਾ ਚਾਹੀਦਾ। ਉਹ ਹੁਣ ਹਾਊਸ ਦੇ ਵਿੱਚ ਤਾਂ ਮੈਜੋਰਟੀ ਹੈਗੀ ਆ ਆਪਣੀ ਡੈਮੋਕ੍ਰੈਟਿਕ ਪਾਰਟੀ ਦੀ, ਤੇ ਜਿਹੜੀ ਸੈਨੇਟ ਆ ਉਹਦੇ ਵਿੱਚ ਵੀ ਅੱਧੇ ਤੋਂ ਵੱਧ ਜਿਹੜੇ ਰਿਪਬਲਿਕਨ ਨੇ ਉਹ ਇਮੀਗ੍ਰੇਸ਼ਨ ਦੇ ਹੱਕ 'ਚ ਨੇ, ਉਹਦੇ ਸੈਨੇਟਰ ਨੇ। ਤੋ ਉਹ ਚੇਂਜ ਨਹੀਂ ਹੋਣਾ। ਇਹ ਫਿਰ ਐਗਜ਼ੈਕਟਿਵ ਆਰਡਰ ਨਾਲ ਕੋਰੋਨਾ ਵਾਇਰਸ ਦੀ ਆੜ ਲੈ ਕੇ ਕਿ ਜੀ ਉਹ ਮਤਲਬ ਲੋਕਾਂ ਦੀਆਂ ਜੋਬਾਂ ਡਿਸਪਲੇਸ ਹੋ ਗਈਆਂ, ਫਲਾਣਾ ਹੋ ਗਿਆ। ਹੁਣ ਮੈਨੂੰ ਇਹ ਦੱਸੋ ਵੀ ਜਿਹੜੀਆਂ ਸਟੂਡੈਂਟ ਵੀਜ਼ੇ ਤੇ ਕਿਹਦੀ ਜੋਬ ਡਿਸਪਲੇਸ ਹੋਈ ਆ? ਵੀ ਜਿਹੜੇ ਸਟੂਡੈਂਟ ਵੀਜ਼ੇ ਤੇ ਪੜ੍ਹਦੇ ਆ ਉਹ ਤਾਂ ਜੋਬ ਕਰਦੇ ਹੀ ਨਹੀਂ, ਉਹ ਤਾਂ ਸਟੂਡੈਂਟ ਨੇ ਵਿਚਾਰੇ, ਸਗੋਂ ਪੱਲਿਓਂ ਪੈਸੇ ਦਿੰਦੇ ਆ, ਉਹ ਸਗੋਂ ਜਿਹੜੀ ਇਹਨਾਂ ਦੀਆਂ ਐਜੂਕੇਸ਼ਨ ਇੰਸਟੀਟਿਊਸ਼ਨ ਦੀ ਹੈਲਪ ਕਰ ਰਹੇ ਆ, ਇਕਨੋਮੀ ਦੀ ਕਰ ਰਹੇ ਆ, ਤੇ ਉਹਦੇ ਨਾਲ ਤਾਂ ਜੋਬਾਂ ਦਾ ਕੋਈ ਲੈਣਾ ਦੇਣਾ ਹੀ ਹੈ ਨੀਗਾ। ਤੋ ਇਸ ਕਰਕੇ ਇਹਨਾਂ ਨੇ ਜਿਹੜਾ ਪੋਰ ਪ੍ਰੋਮਿਸ ਕੀਤਾ ਸੀ ਉਦੋਂ ਕਿ ਮੈਂ ਬੰਦ ਕਰਾਂਗਾ, ਉਹਦਾ ਹੀ ਇਹ ਅੱਗੇ ਕੰਟੀਨਿਊਸ਼ਨ ਆ, ਕਿਉਂਕਿ ਹੁਣ ਇਲੈਕਸ਼ਨ ਹੋਣੀ ਆ। ਤੇ ਇਹ ਇਲੈਕਸ਼ਨ ਦੇ ਵਿੱਚ ਇਹ ਗੱਲ ਆਪਣੀ ਜਿਹੜੀ ਇਹਨਾਂ ਦੀ ਬੇਸ ਆ ਉਹਨੂੰ ਕਹਿਣਾ ਚਾਹੁੰਦੇ ਆ ਵੀ ਦੇਖੋ ਮੈਂ ਕਿੰਨਾ ਟਫ ਹਾਂ ਇਮੀਗ੍ਰੇਸ਼ਨ ਤੇ, ਵੀ ਹੋਰ ਕੋਈ ਪ੍ਰੈਜੀਡੈਂਟ ਅੱਜ ਤੱਕ ਇੰਨਾ ਜ਼ਿਆਦਾ ਟਫ ਨਹੀਂ ਹੋਇਆ ਜਿੰਨਾ ਮੈਂ ਆ, ਤੇ ਮੈਂ ਜੋ ਤੁਹਾਨੂੰ ਕਿਹਾ ਸੀ ਉਹ ਡਿਲੀਵਰ ਕੀਤਾ। ਸੋ ਉਹਦੇ ਤਹਿਤ ਹੀ ਇਹ ਸਾਰਾ ਕੁਝ ਅੱਗੇ ਤੋਂ ਅੱਗੇ ਕਰਦੇ ਜਾ ਰਹੇ ਆ। ਠੀਕ ਹੈ, ਪਰ ਸਮਝ ਨਹੀਂ ਆਉਂਦੀ, ਡੋਨਲਡ ਟਰੰਪ ਇੰਡੀਆ ਜਾਂਦੇ ਨੇ, ਉੱਥੇ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਮਿਲਦੇ ਨੇ, ਉੱਥੇ ਕਹਿੰਦੇ ਨੇ ਕਿ ਅਮੈਰੀਕਾ ਤੁਹਾਨੂੰ ਖੁੱਲ੍ਹੇ ਯੂ ਨੋ ਓਪਨ ਹਰਟ, ਜਿਹੜਾ ਉਹਨਾਂ ਨੇ ਬਕਾਇਦਾ ਕਮੈਂਟ ਵੀ ਕੀਤਾ ਸੀਗਾ, ਤੁਹਾਡਾ ਸਵਾਗਤ ਕਰਦਾ। ਸੋ ਹੁਣ ਇੱਥੇ ਆ ਕੇ ਕੁਝ ਹੋਰ ਉਹਨਾਂ ਦੀ ਇਮੀਗ੍ਰੇਸ਼ਨ ਦੀ ਪੋਲਿਸੀਜ਼ ਹੋ ਜਾਂਦੀ ਹੈ, ਜਦ ਉਹ ਭਾਰਤ ਜਾਂਦੇ ਜਾਂ ਫਿਰ ਹੋਰ ਵੱਖ ਵੱਖ ਮੁਲਕ ਜਾਂਦੇ, ਕਹਿੰਦੇ ਅਮੈਰੀਕਾ ਤੁਹਾਡਾ ਸਵਾਗਤ ਕਰਦਾ, ਅਮੈਰੀਕਾ ਵੈਲਕਮਸ ਯੂ। ਸੋ ਇਹ ਥੋੜ੍ਹੀ ਦੁਚਿੱਤੀ ਪੈਦਾ ਹੋਈ ਹੈ। ਖੈਰ ਵਕੀਲ ਸਾਹਿਬ, ਹੋਰ ਕੀ ਕੁਝ ਖਬਰਾਂ ਇਮੀਗ੍ਰੇਸ਼ਨ ਨੂੰ ਲੈ ਕੇ ਸਾਹਮਣੇ ਆ ਰਹੀਆਂ ਹਨ? H1 ਵੀਜ਼ਾ ਹੋਲਡਰਸ ਦੇ ਲਈ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਜ਼ਿੰਦਗੀ ਕੀ ਹੋਏਗੀ ਇਸ ਮੁਲਕ ਦੇ ਵਿੱਚ? ਹਰਕੀਰਤ ਜੀ, ਇਸ ਤਰ੍ਹਾਂ ਹੈਗਾ ਕਿ ਇੱਕ ਤਾਂ ਮੈਂ ਦੱਸਦਾ ਕਿ ਜਿਹੜੀਆਂ ਇਮੀਗ੍ਰੇਸ਼ਨ ਕੋਰਟਸ ਨੇ ਜਿੱਥੇ ਪੋਲੀਟੀਕਲ ਅਸਾਈਲਮ ਦੇ ਕੇਸ ਚੱਲਦੇ ਆ ਜੀ, ਉਹਦੇ ਜਿਹੜੀਆਂ ਨੌਨ ਡਿਟੇਨਡ ਹੀਅਰਿੰਗਸ ਨੇ, ਉਹ ਬੰਦੇ ਜਿਹੜੇ ਬਾਹਰ ਆ ਜੀ, ਉਹਨਾਂ ਦੀਆਂ ਜਿਹੜੀਆਂ ਡੇਟਾਂ ਨੇ ਨਿਊਯਾਰਕ ਤੇ ਕੈਲੀਫੋਰਨੀਆ ਦੀਆਂ ਕੋਰਟਾਂ ਦੇ ਵਿੱਚ, ਤੇ ਉਹ ਜਿਹੜੀਆਂ ਹੈਗੀਆਂ ਉਹ ਸਾਰੀਆਂ ਪੋਸਟਪੋਨ ਹੋ ਗਈਆਂ 31 ਜੁਲਾਈ ਤੱਕ। ਠੀਕ ਹੈ, ਕਿ ਜਿਹੜੀਆਂ ਪਹਿਲਾਂ ਡੇਟਾਂ, ਹੁਣ ਜੇ ਕਿਸੇ ਦੀ ਡੇਟ ਹੁਣ 27 ਨੂੰ ਆ, 25 ਨੂੰ ਆ, 26 ਜੁਲਾਈ ਨੂੰ, 24 ਨੂੰ ਆ, ਉਹ ਸਾਰੀਆਂ ਪੋਸਟਪੋਨ ਨੇ, ਉਹਨਾਂ ਨੂੰ ਡੇਟਾਂ ਦੁਬਾਰਾ ਮੇਲ 'ਚ ਆਉਣਗੀਆਂ। ਤੇ ਉਹ ਇਸ ਕਰਕੇ ਆ, ਉਹਦਾ ਇੱਕ ਇਹ ਰੀਜ਼ਨ ਵੀ ਆ ਕਿ ਇੱਕ ਇਮੀਗ੍ਰੇਸ਼ਨ ਜੱਜਸ ਦੀ ਇੱਥੇ ਯੂਨੀਅਨ ਬਣੀ ਹੋਈ ਆ, ਉਸ ਯੂਨੀਅਨ ਨੇ ਜਿਹੜੀ ਐਡਮਿਨਿਸਟ੍ਰੇਸ਼ਨ ਹੈਗੀ ਆ ਟਰੰਪ ਐਡਮਿਨਿਸਟ੍ਰੇਸ਼ਨ ਤੇ ਕੇਸ ਕੀਤਾ, ਇੱਕ ਜੱਜਾਂ ਨੇ ਉਹ ਇਹ ਕੇਸ ਕੀਤਾ ਕਿ ਸਾਡੀ ਜਿਹੜੀ ਸੇ ਆ ਉਹ ਕੋਈ ਨਹੀਂ ਲਈ ਜਾ ਰਹੀ ਇਹਨੂੰ ਓਪਨਿੰਗ ਕਰਨ ਦੇ ਵਿੱਚ ਤੇ ਹੋਰ ਮਸਲਿਆਂ ਦੇ ਵਿੱਚ ਵੀ।
ਜਿਹੜੇ ਚੇਂਜ ਕਰਦੇ ਆ, ਜਿਵੇਂ ਕਹਿੰਦੇ ਬੌਂਡ ਡਰਾਈ ਕਰ ਦਿਓ, ਫਲਾਣਾ ਕਰ ਦਿਓ, ਵੀ ਇਹ ਸਾਰੇ ਦੇ ਕੁਛ ਅਸੀਂ ਐਜ਼ ਏ ਸਿਟੀਜ਼ਨ ਸਾਡਾ ਰਾਈਟ ਹੈ ਕਿ ਅਸੀਂ ਆਪਣੇ ਵਿਊਜ਼ ਐਕਸਪ੍ਰੈਸ ਕਰ ਸਕੀਏ, ਇਹ ਸਾਨੂੰ ਕਰਨ ਨਹੀਂ ਦਿੰਦੇ। ਤੇ ਇਸ ਕਰਕੇ ਜਦੋਂ ਹੁਣ ਇਹ ਓਪਨਿੰਗ ਕਰਦੇ ਆ ਤੇ ਉਹਦੇ ਚ ਜਿਹੜੇ ਸਾਡੇ ਜੱਜ ਨੇ ਕਈ ਓਲਡ ਨੇ, ਕਈ 60 ਸਾਲ ਤੋਂ ਉੱਪਰ ਨੇ, 65 ਤੋਂ, ਤੇ ਉਹਨਾਂ ਨੂੰ ਹੁਣ ਕਈ ਹੈਲਥ ਕੰਪਰੋਮਾਈਜ਼ ਨੇ, ਉਹਨਾਂ ਵਿੱਚੋਂ ਡਾਇਬਟੀਜ਼ ਆ, ਕਿਸੇ ਨੂੰ ਕੋਈ ਹੋਰ ਹੈਲਥ ਪ੍ਰੋਬਲਮ ਹੋ ਸਕਦੀ ਆ, ਵੀ ਉੱਥੇ ਜੇ ਫਰਜ਼ ਕਰੋ ਹੁਣ ਕੋਰਟ ਰੂਮ ਖੋਲਤਾ, 50 ਬੰਦੇ ਉੱਥੇ ਆ ਗਏ, ਤਾਂ ਉੱਥੇ ਨਾਲੇ ਜਿਹੜਾ ਕਲੋਜ਼ਡ ਐਟਮੋਸਫੀਅਰ ਆ ਉੱਥੇ ਦਾ ਜਿਹੜੀ ਹੈਗੀ ਇੱਕ ਮਤਲਬ ਕੋਈ ਆਪਣੀ ਵਿੰਡੋ ਵੀ ਹੈ ਨਹੀਂ ਜੀ, ਕੋਈ ਬਾਰੀ ਤੱਕ ਹੀ ਵਿੰਡੋ ਨਹੀਂ ਹੁੰਦੀ, ਤੇ ਉਹਦੇ ਕਰਕੇ ਜੇ ਇੱਕ ਬੰਦੇ ਨੂੰ ਵੀ ਕਰੋਨਾ ਹੋਇਆ ਉੱਥੇ, ਉਹ ਸਾਰਿਆਂ ਨੂੰ ਕਰ ਸਕਦਾ ਇਨਫੈਕਟ ਕੋਰਟ, ਤੇ ਜਿਹੜਾ ਜੱਜ ਆ ਉਹਨੇ ਸਵੇਰ ਤੋਂ ਸ਼ਾਮ ਤੱਕ ਬਹਿਣਾ ਉੱਥੇ, ਠੀਕ ਹੈ ਜੀ, ਤੇ ਉਹਦੇ ਸਟਾਫ ਨੇ ਬਹਿਣਾ, ਤੇ ਇਸ ਕਰਕੇ ਉਹ ਕਹਿੰਦੇ ਆ ਵੀ ਪਹਿਲਾਂ ਇਹਨੂੰ ਤੁਸੀਂ ਜਿਹੜੀ ਹੈਗੀ ਗਾਈਡਲਾਈਨ ਕਰੋ ਵੀ ਕਿੱਦਾਂ ਇਹਨੂੰ ਖੋਲਣਾ, ਤੇ ਉਦਾਂ ਨਾ ਖੋਲੀ ਜਾਓ, ਤੇ ਉਹਦੇ ਕਰਕੇ ਹੁਣ ਉਹ ਜਿਹੜਾ ਕੇਸ ਆ ਉਹ ਲੱਗਿਆ ਹੋਇਆ। ਦੇਖੋ ਉਹਦੇ ਵਿੱਚ ਕੀ ਮਤਲਬ ਹੁੰਦਾ ਡਿਸਾਈਡ, ਪਰ ਇਹਨਾਂ ਨੇ ਹੁਣ ਇਹਨਾਂ ਸਟੇਟਾਂ ਦੇ ਵਿੱਚ ਡੇਟਾਂ ਕਰਤੀਆਂ, ਪਰ ਕਈ ਕੋਰਟਾਂ ਓਪਨ ਵੀ ਆ, ਜਿਵੇਂ ਜਿਹੜੀ ਹੈਗੀ ਆ ਸ਼ਿਕਾਗੋ ਦੀ ਜਿਹੜੀ ਕੋਰਟ ਓਪਨ ਆ, ਡਿਟਰੋਇਟ ਮਿਸ਼ੀਗਨ ਦੀ ਓਪਨ ਆ, ਕਲੀਵਲੈਂਡ ਦੀ ਓਪਨ ਹੈ, ਕਿ ਨਿਊਯਾਰਕ ਨਿਊ ਜਰਸੀ ਦੀ ਓਪਨ ਆ, ਪਰ ਨਿਊਯਾਰਕ ਤੇ ਕੈਲੀਫੋਰਨੀਆ ਜਿਹੜੀ ਆ ਇਹਨਾਂ ਦਾ ਇਹਨਾਂ ਨੇ ਮਤਲਬ ਜਿਹੜੀਆਂ ਕੋਰਟਸ ਨੇ ਉਹ ਮਤਲਬ 31 ਤੱਕ ਜਿਹੜੇ ਸਾਰੀਆਂ ਮਤਲਬ ਹੀਅਰਿੰਗਸ ਹੈਗੀਆਂ ਪੋਸਟਪੋਨ ਹੋ ਗਈਆਂ। ਦੂਸਰਾ ਜਿਹੜਾ ਤੁਸੀਂ ਪੁੱਛਿਆ ਸੀ H1 ਵਾਲਿਆਂ ਦਾ, ਉਹ ਇਸ ਤਰ੍ਹਾਂ ਵੀ ਇਹਨਾਂ ਨੇ ਕਹਿਤਾ ਵੀ ਨਵੇਂ ਜਿਹੜੇ ਕੇਸ ਨੇ, ਜਿਹੜੇ ਬੰਦੇ ਨਵੇਂ ਆਉਣਗੇ, ਉਹਨਾਂ ਤੇ H1 ਜਾਣੀ ਕਿ ਦਸੰਬਰ ਤੱਕ ਕੋਈ ਬੰਦਾ ਨਵਾਂ ਨਹੀਂ ਆ ਸਕਦਾ, ਵੀ ਜਿਵੇਂ H1 ਹੋ ਗਿਆ ਜਾਂ L1 ਤੇ ਹੋ ਗਿਆ, ਇਹਨਾਂ ਈਵਨ ਸਟੂਡੈਂਟ ਵੀਜ਼ਾ ਵੀ ਹੈਗਾ ਉਹਦੇ 'ਚ, ਵੀ ਜੇ ਕਿਸੇ ਬੰਦੇ ਨੇ ਹੁਣ ਕਿਸੇ ਨੇ ਕਿਸੇ ਨੂੰ ਅਪਲਾਈ ਕਰਨਾ ਤਾਂ ਉਹ ਦਸੰਬਰ ਤੱਕ ਨਹੀਂ ਆਏਗਾ। ਜਿਹੜੇ ਪਹਿਲਾਂ ਆਏ ਹੋਏ ਆ ਆਲਰੇਡੀ, ਉਹਨਾਂ ਤੇ ਕੋਈ ਅਸਰ ਨਹੀਂ, ਉਹਨਾਂ ਤੇ ਜਿਹੜਾ ਹੈਗਾ ਉਹ ਮਤਲਬ ਉਹ ਮਤਲਬ ਉਸੇ ਤਰ੍ਹਾਂ ਹੀ ਕੰਮ ਕਰ ਸਕਦੇ ਆ, ਪਰ ਪ੍ਰੋਬਲਮ ਉਹਨਾਂ ਨੂੰ ਇੱਕ ਆਉਂਦੀ ਆ ਜੇ ਉਹਨਾਂ ਦੀ ਜੌਬ ਚਲੀ ਜਾਵੇ, ਠੀਕ ਹੈ, ਤੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਜੇ ਹੁਣ ਚੇਂਜ ਕਰਨਾ ਪਵੇ ਕਿਤੇ ਤਾਂ ਉਹਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਆ ਸਕਦੀ ਆ, ਪਰ ਜਿਹੜੇ ਆਲਰੇਡੀ ਕੰਮ ਕਰ ਰਹੇ ਨੇ H1 ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਪਰ ਜਿਹੜੇ ਨਵੇਂ ਆ ਉਹ ਜਿਹੜਾ ਇਹਨਾਂ ਨੇ ਐਗਜ਼ੈਕਟਿਵ ਆਰਡਰ ਹੁਣ ਪਿੱਛੇ ਐਕਸਟੈਂਡ ਕੀਤਾ, ਜਿਵੇਂ ਪਹਿਲਾਂ 2 ਮਹੀਨੇ ਲਈ ਕੀਤਾ ਸੀ ਜੀ, ਇਹਨਾਂ ਨੇ ਫਿਰ ਜੂਨ ਤੋਂ ਲੈ ਕੇ ਦਸੰਬਰ ਤੱਕ ਕਰਤਾ ਜਿਹੜਾ ਬੈਨ ਕੀਤਾ ਇਮੀਗ੍ਰੇਸ਼ਨ ਦਾ, ਉਹਦੇ ਵਿੱਚ ਇਹਨਾਂ ਨੇ ਜਿਹੜੇ ਨਾਨ ਇਮੀਗ੍ਰੈਂਟ ਵੀਜ਼ਾਸ ਨੇ, ਜਿਵੇਂ ਕਿ H1 ਹੋ ਗਿਆ, L1 ਹੋ ਗਿਆ, J ਵੀਜ਼ਾ ਹੋ ਗਿਆ ਤੇ ਸਟੂਡੈਂਟ ਵੀਜ਼ਾ, ਇਹ ਸਾਰੇ ਬੰਦ ਕਰਤੇ ਦਸੰਬਰ ਤੱਕ, ਵੀ ਨਵੇਂ ਬੰਦੇ ਨਹੀਂ ਆਣਗੇ ਜੀ। ਉਹਦੇ ਨਾਲ ਨਾਲ ਜਿਹੜੇ ਇਮੀਗ੍ਰੈਂਟ ਵੀਜ਼ੇ ਨੇ ਕੁਝ ਉਹ ਵੀ ਬੰਦ ਕੀਤੇ ਨੇ, ਉਹਦੇ ਵਿੱਚ ਨੇ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ ਸਪਾਊਸਿਸ, ਹਸਬੈਂਡ ਵਾਈਫ ਤੇ ਬੱਚੇ, ਤੇ ਜਿਹੜੇ ਗ੍ਰੀਨ ਕਾਰਡ ਹੋਲਡਰ ਦੇ 21 ਸਾਲ ਤੋਂ ਜਿਹੜੇ ਵੱਡੇ ਬੱਚੇ ਅਨਮੈਰਿਡ ਤੇ 21 ਤੋਂ ਘੱਟ, ਉਹਦੇ ਨਾਲ ਨਾਲ ਜਿਹੜਾ ਸਿਟੀਜ਼ਨ ਆ ਉਹਦੇ ਮਾਂ ਬਾਪ, ਤੇ ਜਿਹੜੇ ਸਿਟੀਜ਼ਨ ਦੇ ਭੈਣ ਭਰਾ ਦੀ ਜਿਹੜੀ ਕੈਟਾਗਰੀ ਜਿਹੜੀ F4 ਕੈਟਾਗਰੀ ਆ, ਤੇ ਸਿਟੀਜ਼ਨ ਦੇ ਮੈਰਿਡ ਬੱਚੇ, ਇਹ ਸਾਰੀਆਂ ਕੈਟਾਗਰੀਆਂ ਇਹਨਾਂ ਨੇ ਕਹਿਤਾ ਵੀ ਦਸੰਬਰ ਤੱਕ ਇਹਨਾਂ ਨੂੰ ਕਿਸੇ ਨੂੰ ਚਾਹੇ ਉਹਦਾ ਵੀਜ਼ਾ ਨੰਬਰ ਅਵੇਲੇਬਲ ਵੀ ਆ। ਇੱਥੋਂ ਤੱਕ ਹਾਲਤ ਹੈ ਹਰਕੀਰਤ ਜੀ ਵੀ ਕਈਆਂ ਦੇ ਜਿਹੜੇ ਜਿਹੜੀ F4 ਕੈਟਾਗਰੀ ਆ ਉਹ 2005 ਚ ਅਪਲਾਈ ਕੀਤੀ ਜਿਹਨਾਂ ਨੇ ਕੀਤੇ ਸੀ ਕੇਸ, ਉਹ ਹੁਣ ਨਿਕਲ ਰਹੇ ਆ। ਜਸਟ ਇਮੇਜਿਨ ਵੀ ਮਤਲਬ 15 ਸਾਲਾਂ ਬਾਅਦ, ਰਾਈਟ, ਤੇ ਜਿਹਨੂੰ 15 ਸਾਲਾਂ ਬਾਅਦ ਵਾਰੀ ਆਈ ਆ, ਉਹਨਾਂ ਦੇ ਸਾਰਾ ਉੱਥੇ ਪੇਪਰ ਵਰਕ ਚੱਲਿਆਗਾ, ਸਭ ਕੁਝ ਆ, ਇੰਟਰਵਿਊ ਆਉਣ ਵਾਲੀ ਸੀ ਕਈਆਂ ਦੀ ਮਾਰਚ ਅਪ੍ਰੈਲ ਦੇ, ਇਹਦੇ ਕਰਕੇ ਕੋਰੋਨਾ ਵਾਇਰਸ ਕਰਕੇ ਇੰਟਰਵਿਊ ਪੋਸਟਪੋਨ ਹੋ ਗਈ, ਠੀਕ ਹੈ, ਤੇ ਉਹ ਹੁਣ ਦੇਖੋ ਦਸੰਬਰ ਤੱਕ ਮਤਲਬ ਉਹ ਗੱਲ ਚਲੀ ਗਈ, ਤੇ ਉਹਨਾਂ ਵਿੱਚੋਂ ਕਈਆਂ ਦੇ ਬੱਚੇ ਏਜ ਆਊਟ ਹੋ ਗਏ, ਕਈ ਜਿਹੜੇ ਬੈਨੀਫੀਸ਼ਰੀ ਸੀ ਉਹਨਾਂ ਦੀ ਜਾਣੀ ਕਿ ਇਸ ਟਾਈਮ ਦੇ ਵਿੱਚ ਡੈਥ ਵੀ ਹੋ ਗਈ ਕਿਸੇ ਨਾ ਕਿਸੇ ਦੀ, ਬਿਲਕੁਲ, ਤੇ ਉਹ ਜੇ ਕਿਤੇ ਪਹਿਲਾਂ ਵੀਜ਼ਾ ਮਿਲ ਜਾਂਦਾ ਵਿਚਾਰੇ ਆ ਜਾਂਦੇ ਜੀ। ਸੋ ਆਪਾਂ ਕਹਿ ਸਕਦੇ ਹਾਂ ਕਿ ਮਤਲਬ ਹੈਗੀ ਆ ਪ੍ਰੋਬਲਮ ਜੀ, ਇਸ ਸਾਲ ਆਪਾਂ ਆਪਣੇ ਭੈਣ ਭਰਾਵਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਜਿਹੜਾ 2020 ਦੇ ਵਿੱਚ ਅਸੀਂ ਉਹਨਾਂ ਨੂੰ ਨਹੀਂ ਦੇਖ ਸਕਦੇ, ਜੇਕਰ ਉਹਨਾਂ ਨੇ ਇੰਡੀਆ ਤੋਂ ਆਉਣਾ ਹੈ ਇੱਥੇ, ਜਿਹੜਾ ਤੁਸੀਂ ਕਿਹਾ ਕਿ ਬਕਾਇਦਾ ਅਨਾਊਂਸਮੈਂਟ ਵੀ ਕੀਤੀ ਗਈ ਹੈ, ਦਸੰਬਰ ਤੱਕ ਜਿਹੜੀ ਆ ਰੋਕ ਲਾਈ ਗਈ ਹੈ, ਭਾਵੇਂ ਉਹ ਇਮੀਗ੍ਰੈਂਟ ਵੀਜ਼ੇ ਹੋਣ, ਨੋਨ ਇਮੀਗ੍ਰੈਂਟ ਵੀਜ਼ੇ ਹੋਣ। ਤਾਂ ਇੱਕ ਵੱਡੀ ਖਬਰ ਜਿਹੜੀ ਹੈ ਵਕੀਲ ਸਾਹਿਬ, ਤੁਸੀਂ ਇੱਥੇ ਸਾਡੇ ਦਰਸ਼ਕਾਂ ਨੂੰ ਦਿੱਤੀ, ਤੁਸੀਂ ਸਾਡੇ ਨਾਲ ਬਣੇ ਰਹੋ, ਫਿਲਹਾਲ ਇੱਕ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਵੀ ਲਗਾਤਾਰ ਸਾਡਾ ਲਾਅ ਗਾਈਡ ਔਰ ਇਮੀਗ੍ਰੇਸ਼ਨ ਨੂੰ ਲੈ ਕੇ ਸਾਡੇ ਸਵਾਲ ਜਾਰੀ ਰਹਿਣਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ, ਅਟਾਰਨੀ ਐਟ ਲਾਅ ਜਸਪ੍ਰੀਤ ਸਿੰਘ ਸਾਡੇ ਨਾਲ ਮੌਜੂਦ ਨੇ, ਲਾਅ ਗਾਈਡ ਇਸ ਪ੍ਰੋਗਰਾਮ ਦੇ ਤਹਿਤ। ਸਿੱਧਾ ਲੈ ਕੇ ਚੱਲਦੇ ਹਾਂ ਜਸਪ੍ਰੀਤ ਸਿੰਘ ਹੋਰਾਂ ਕੋਲ, ਔਰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਹੋਰ ਕੀ ਕੁਝ ਸੁਰਖੀਆਂ ਵੈਨ ਇਟ ਕਮਸ ਟੂ ਇਮੀਗ੍ਰੇਸ਼ਨ ਸਾਹਮਣੇ ਆ ਰਹੀਆਂ ਹਨ, ਔਰ ਖਬਰਾਂ ਲਗਾਤਾਰ ਜਿਹੜੀਆਂ ਇਸ ਸਾਲ 2020 ਦੇ ਵਿੱਚ ਇਮੀਗ੍ਰੇਸ਼ਨ ਦੇ ਲਿਹਾਜ਼ ਨਾਲ ਜੋ ਤੁਹਾਡੇ ਲਈ ਜਾਣਨੀਆਂ ਜ਼ਰੂਰੀਆਂ ਹਨ। ਵਕੀਲ ਸਾਹਿਬ, ਹਾਂਜੀ ਹਰਕੀਰਤ ਜੀ, ਪਿਛਲੇ ਦਿਨਾਂ ਦੇ ਵਿੱਚ ਜਿਹੜੇ ਪੋਲੀਟੀਕਲ ਅਸਾਈਲਮ ਵਾਲਿਆਂ ਦੇ ਕੇਸ ਨੇ ਉਹਨਾਂ ਬਾਰੇ 2 ਬੜੇ ਇੰਪੋਰਟੈਂਟ ਜਿਹੜੀਆਂ ਡਿਵੈਲਪਮੈਂਟਸ ਹੋਈਆਂ ਜੀ। ਇੱਕ ਤਾਂ ਇਹ ਕਿ ਪਿਛਲੇ ਸਾਲ 2019 ਦੇ ਵਿੱਚ ਟਰੰਪ ਐਡਮਿਨਿਸਟ੍ਰੇਸ਼ਨ ਨੇ ਇੱਕ ਰੂਲ ਬਣਾਇਆ ਸੀ ਵੀ ਜਿਹੜੇ ਇੱਥੇ ਬੰਦੇ ਆਉਂਦੇ ਆ ਇਲੀਗਲ ਬਾਰਡਰ ਕ੍ਰੋਸ ਕਰਕੇ ਤੇ ਫੜੇ ਜਾਂਦੇ ਆ ਜੀ, ਡਿਟੈਂਸ਼ਨ ਦੇ ਵਿੱਚ ਉਹਨਾਂ ਦੇ ਕੇਸ ਚੱਲਦੇ ਆ, ਉਹ ਪਹਿਲਾਂ ਜਿਹੜੀ ਕੰਟਰੀ ਚੋਂ ਲੰਘ ਕੇ ਆਉਂਦੇ ਆ ਉੱਥੇ ਅਸਾਈਲਮ ਅਪਲਾਈ ਕਰਨ। ਓਕੇ, ਵੀ ਥਰਡ ਕੰਟਰੀ ਰੂਲ ਬਣਾਤਾ ਸੀ ਵੀ ਮੈਕਸੀਕੋ ਤੋਂ ਆਉਂਦੇ ਉੱਥੇ ਕਰਨ, ਵੈਨਜ਼ੂਏਲਾ ਤੋਂ ਆਉਂਦੇ ਉੱਥੇ ਕਰਨ, ਰਸ਼ੀਆ ਤੋਂ ਆਉਂਦੇ ਉੱਥੇ, ਜਿੱਥੇ ਵੀ ਆ। ਉਹ ਜਿਹੜਾ ਰੂਲ ਆ ਉਹ ਇਮੀਗ੍ਰੇਸ਼ਨ ਲਾਅ ਦੇ ਵਿੱਚ ਨਹੀਂ ਲਿਖਿਆ ਹੋਇਆ, ਜਿਹੜਾ ਇਮੀਗ੍ਰੇਸ਼ਨ ਦਾ ਲਾਅ ਉਹਦੇ ਵਿੱਚ ਇੱਦਾਂ ਦੀ
चैलेंज होया कोर्ट दे विच ते डिस्ट्रिक्ट कोर्ट ने इत्ते रोक लाती है। उन्होंने कहता भी ये इलीगल है क्योंकि जो लॉ उहदे विच है नहीं, ते लाई भी उस जज ने आ जिहनूं प्रेजिडेंट ट्रंप ने अपॉइंट किया 2017 च। उन्होंने कहा कि यह क्योंकि लॉ दे विच है ही नहीं, ते तुसीं इदां दा कोई जिहड़ा हैगा एग्जैक्टिव ऑर्डर नहीं कर सकते जिहड़ा कानून च ही ना होवे। ते दूसरा जिहड़ा डिसीजन है वह यह हैगा कि जिहड़ा मतलब यूएस सुप्रीम कोर्ट आ उन्हें इन्हां दी जिहड़ी मतलब यह कहा कि इन्हां दे जिहड़े टैक्स रिटर्न ने वह जिहड़े प्रेजिडेंट ट्रंप दे आ वह जिहड़ा मनहैटन का डीए वह देख सकदा। सो यह भी एक बड़ी इंपॉर्टेंट डिवेलपमेंट हैगी लीगल पॉइंट ऑफ व्यू नाल। ते तीसरा जिहड़ा सीगा वह सीगा नाइन सर्किट कोर्ट ऑफ अपील का जिहड़ा डिसीजन सीगा वह भी पिछले मतलब हफ्तियां च आया। वह यह आ भी जिहड़ी ये दीवार बना रहे सी जिहड़ी वॉल बना रहे आ सदन जिहड़ा बॉर्डर अमरीका का मतलब मैक्सीको दे जिहड़ा बॉर्डर करता जिवें स्टेटा एरीजोना हो गई कैलीफोर्निया न्यू मैक्सीको टैक्सस वह ये जिहड़े डिफेंस डिपार्टमेंट के जिहड़े जिहड़े फंड्स हैगे मिलिटरी दे ਉਹਨਾਂ ਫੰਡਸ ਨੂੰ ਯੂਜ਼ ਕਰਕੇ ਬਣਾ ਰਹੇ ਸੀ ਕਿਉਂਕਿ ਜਿਹੜਾ ਕਾਂਗਰਸ ਹੈਗੀ ਆ ਉਹਨੇ ਇਹਨਾਂ ਨੂੰ ਆਥੋਰਾਈਜ਼ ਨਹੀਂ ਕੀਤਾ, ਮਤਲਬ ਜਿਹੜਾ ਹਾਊਸ ਆ ਉਹਨੇ ਇਹਨਾਂ ਨੂੰ ਪੈਸਾ ਨਹੀਂ ਦਿੱਤਾ ਇਹ ਬਣਾਉਣ ਲਈ। ਤੇ ਉਹ ਨਾਈਨ ਸਰਕਲ ਨੇ ਰੋਕ ਲਾਤੀ ਆ, ਉਹਨਾਂ ਨੇ ਕਿਹਾ ਵੀ ਜਿਹੜਾ ਡਿਫੈਂਸ ਡਿਪਾਰਟਮੈਂਟ ਦਾ ਪੈਸਾ ਆ ਉਹ ਤੁਸੀਂ ਉੱਥੇ ਵਾਲ ਤੇ ਨਹੀਂ ਲਾ ਸਕਦੇ ਕਿਉਂਕਿ ਉਹ ਪੈਸਾ ਜਿਹੜਾ ਦਿੱਤਾ ਕਾਂਗਰਸ ਨੇ ਉਹ ਡਿਫੈਂਸ ਲਈ ਦਿੱਤਾ ਨਾ ਕਿ ਕੰਧ ਬਣਾਉਣ ਲਈ। ਸੋ ਇਸ ਕਰਕੇ ਉਹਦੀ ਜਿਹੜੀ ਐਲੋਕੇਸ਼ਨ ਹੈ ਉਹ ਇਸ ਪਰਪਸ ਵਾਸਤੇ ਨਹੀਂ ਹੈਗੀ, ਉੱਥੇ ਸਿਰਫ ਉਹ ਸਿਰਫ ਆਰਮੀ ਤੇ ਖਰਚਿਆ ਜਾ ਰਿਹਾ ਜਿਵੇਂ ਆਰਮੀ ਦੇ ਜਿਹੜੇ ਹੈਗੇ ਆ ਜ਼ਿਆਦਾ ਹਥਿਆਰ ਲੈਣ ਲਈ ਜਾਂ ਵਹੀਕਲ ਲੈਣ ਲਈ ਜਾਂ ਉਹਨਾਂ ਦੇ ਯੂਨੀਫਾਰਮ ਜਿਹੜੀ ਚੀਜ਼ ਦੀ ਵੀ ਆਰਮੀ ਨੂੰ ਲੋੜ ਆ ਪਰ ਦੀਵਾਰ ਉਹਦੇ ਵਿੱਚ ਨਹੀਂ ਆਉਂਦੀ ਜੀ। ਉਹਦੇ ਕਰਕੇ ਉਹਦੇ ਉੱਤੇ ਵੀ ਰੋਕ ਲੱਗ ਗਈ ਆ ਜੀ ਜੀ। ਸੋ ਇਸ ਕਰਕੇ ਸੋ ਜਿਹੜੀ ਅੱਜ ਵਾਲਾ ਜਿਹੜਾ ਡਿਸੀਜਨ ਆ ਤੁਸੀਂ ਦੇਖੋ ਵੀ ਕੋਰਟ 'ਚ ਚੈਲੰਜ ਹੋਇਆ। ਨਹੀਂ ਮੈਂ ਮੈਨੂੰ ਇਹ ਲੱਗਦਾ ਵਕੀਲ ਸਾਹਿਬ ਵਾਪਸ ਹੀ ਲੈ ਲਿਆ ਇਹਨਾਂ ਨੇ ਦਿਲੋਂ ਕੀ ਸੀ ਹੁਣ ਤੁਸੀਂ ਬਿਜ਼ਨਸਮੈਨ ਨੂੰ ਦੇਸ਼ ਦੀ ਚਾਬੀ ਫੜਾਓਗੇ ਤਾਂ ਇਹ ਕਹੇਗਾ ਸਵੇਰੇ ਉੱਠੇਗਾ ਸ਼ੁਰੂ ਕਰ ਦਿਓ, ਸ਼ਾਮ ਨੂੰ ਸੌਣ ਲੱਗੇਗਾ ਬੰਦ ਕਰ ਦਿਓ, ਐਵੇਂ ਨਹੀਂ ਹੋਏਗਾ ਜਿਵੇਂ ਮੈਂ ਚਾਹੁੰਦਾ ਉਵੇਂ ਹੀ ਹੋਏਗਾ। ਸੋ ਉਹਦੇ ਬਿਜ਼ਨਸਮੈਨ ਵਾਲਾ ਹੀ ਦਿਮਾਗ ਹੈ ਅਤੇ ਉਹਨੇ ਫਿਰ ਦੇਸ਼ ਉਸੇ ਲਿਹਾਜ਼ ਨਾਲ ਚਲਾਉਣਾ। ਹਾਂਜੀ ਉਹਦਾ ਕਿਉਂਕਿ ਗੱਲ ਇਹ ਹੁੰਦੀ ਹੈ ਨਾ ਕਿਉਂਕਿ ਇੱਥੇ ਅਮਰੀਕਾ ਇੱਕ ਕਾਨੂੰਨ ਦਾ ਮੁਲਕ ਹੈ, ਇੱਥੇ ਜੇ ਮਤਲਬ ਕੋਈ ਵੀ ਤੁਸੀਂ ਡਿਸੀਜਨ ਜਿਹੜੀ ਗਵਰਨਮੈਂਟ ਲੈਂਦੀ ਆ ਉਹ ਚੈਲੰਜ ਹੁੰਦਾ ਕੋਰਟਾਂ ਦੇ ਵਿੱਚ। ਹੁਣ ਕੋਰਟਾਂ ਦੇ ਵਿੱਚ ਉਹਨੂੰ ਸਟੈਂਡ ਕਰਨ ਵਾਸਤੇ ਬਹੁਤ ਜ਼ਿਆਦਾ ਉਹਦਾ ਲੀਗਲ ਬੇਸਿਸ ਚਾਹੀਦਾ ਤਕੜਾ। ਜਿਹੜਾ ਅੱਜ ਵਾਲਾ ਹਕੀਰਤ ਜੀ ਇਹਨਾਂ ਨੇ ਲਿਆ ਨਾ ਵਾਪਸ ਫੈਸਲਾ ਉਹ ਵੀ ਇਸ ਕਰਕੇ ਲਿਆ ਕਿ ਇਹਨਾਂ ਕੋਲੇ ਕੋਈ ਸੋਲਿਡ ਲੀਗਲ ਗਰਾਊਂਡ ਨਹੀਂ ਸੀਗਾ ਸਟੂਡੈਂਟ ਵੀਜ਼ੇ ਬੰਦ ਕਰਨ ਦਾ। ਰਾਈਟ। ਤੇ ਉਹ ਇਹ ਮਤਲਬ ਇਹਨਾਂ ਨੂੰ ਇਹ ਸੀਗਾ ਵੀ ਕੋਰਟ ਦੇ ਵਿੱਚ ਕਿਉਂਕਿ ਇੰਨੀ ਜ਼ਿਆਦਾ ਮਤਲਬ ਪਾਰਟੀਆਂ ਜੁੜ ਗਈਆਂ, ਦੇਖੋ 17 ਸਟੇਟਾਂ ਦੇ ਅਟਾਰਨੀ ਜਨਰਲ ਜੀ, ਉਹਦੇ ਨਾਲ ਘੱਟੋ ਘੱਟ 70-80 ਐਜੂਕੇਸ਼ਨ ਇੰਸਟੀਟਿਊਸ਼ਨ ਜੀ, ਉਹ ਵੀ ਵੱਡੇ ਵੱਡੇ ਜਿਵੇਂ ਹਾਰਵਰਡ ਤੋਂ ਲੈ ਕੇ ਤੇ ਮਤਲਬ ਜਿੰਨੇ ਹੋਰ ਇੰਸਟੀਟਿਊਸ਼ਨ ਉਸ ਏਰੀਏ ਦੇ ਈਵਨ ਨਿਊ ਜਰਸੀ ਤੱਕ ਦੇ, ਇੱਧਰ ਕੈਲੀਫੋਰਨੀਆ 'ਚ ਅੱਡ, ਤੇ ਜੌਨ ਹੌਪਕਿਨ ਯੂਨੀਵਰਸਿਟੀ ਤੁਹਾਨੂੰ ਪਤਾ ਕਿੱਡੀ ਵੱਡੀ ਯੂਨੀਵਰਸਿਟੀ ਹੈ ਉਹ ਅੱਡ, ਉਹਨੇ ਲੱਗ ਕੇ ਇਸ ਕੀਤਾ। ਸੋ ਇਹਨਾਂ ਦੇ ਮੁਕਾਬਲੇ ਦੇ ਵਿੱਚ ਇਹਨਾਂ ਕੋਲੇ ਕੋਈ ਰੀਜ਼ਨਿੰਗ ਨਹੀਂ ਸੀਗੀ ਵੀ ਕਿਉਂ ਬੰਦ ਕਰਤਾ, ਇਹਦਾ ਕੀ ਮਤਲਬ ਆ, ਮਤਲਬ ਇਹ ਕੋਈ ਗੱਲ ਥੋੜੀ ਬਣਦੀ ਆ ਵੀ ਜੇ ਯੂਨੀਵਰਸਿਟੀ ਮਤਲਬ ਜਿਹੜੀਆਂ ਹੈਗੀਆਂ ਕਲਾਸਿਸ ਉਹ ਆਨਲਾਈਨ ਕਰਦੀ ਹੈ ਤਾਂ ਸਟੂਡੈਂਟ ਦਾ ਕੀ ਕਸੂਰ ਹੈ ਇਹਦੇ 'ਚ? ਸਟੂਡੈਂਟ ਦਾ ਤਾਂ ਕੋਈ ਕਸੂਰ ਨਹੀਂ ਵਿਚਾਰੇ ਦਾ, ਉਹ ਤਾਂ ਪੜ੍ਹਨ ਆਇਆ, ਹਾਲਾਤ ਇੱਦਾਂ ਦੇ ਹੋ ਗਏ ਵੀ ਯੂਨੀਵਰਸਿਟੀ ਇਹ ਸੋਚਦੀ ਆ ਵੀ ਸੇਫ ਨਹੀਂ ਹੈਗਾ ਕੈਂਪਸ, ਤੇ ਉਹਨੂੰ ਤੁਸੀਂ ਮਜਬੂਰ ਕਰੋ ਵੀ ਤੂੰ ਕਲਾਸ ਜ਼ਰੂਰ ਲਾਉਣ ਜਾ, ਤੇ ਕਿੱਥੇ ਲਾਉਣ ਜਾਏਗਾ, ਤੇ ਇਹਦੇ ਕਰਕੇ ਉਹ ਫਿਰ ਉਹਨਾਂ ਦਾ ਧੱਕਾ ਸੀ ਬਹੁਤ ਜ਼ਿਆਦਾ, ਤੇ ਉਹ ਇਹ ਸਟੈਂਡ ਹੀ ਨਹੀਂ ਕਰ ਸਕਿਆ, ਤੇ ਇਸ ਕਰਕੇ ਇਹਨਾਂ ਨੂੰ ਆਪਣਾ ਉਹ ਵਾਪਸ ਲੈਣਾ ਪਿਆ। ਇਹਨਾਂ ਨੇ ਕਿਹਾ ਵੀ ਜੇ ਕੋਰਟ ਦੇ ਵਿੱਚ ਅਸੀਂ ਲੜਾਂਗੇ ਤਾਂ ਹਾਰ ਜਾਵਾਂਗੇ, ਤੇ ਇਹਨਾਂ ਨੇ ਉਹ ਆਪਣਾ ਜਿਹੜਾ ਡਿਸੀਜਨ ਹੀ ਵਾਪਸ ਲੈ ਲਿਆ ਜੀ। ਵਕੀਲ ਸਾਹਿਬ ਜਦ ਬ੍ਰੇਕ ਤੇ ਗਏ ਸੀਗੇ ਬਕਾਇਦਾ ਫੋਨ ਵੀ ਆਇਆ ਸੀਗਾ, ਮੈਂ ਇੱਕ ਸਵਾਲ ਉਹਨਾਂ ਦੀ ਤਰਫੋਂ ਤੁਹਾਨੂੰ ਲੈਣਾ ਚਾਹੁੰਦਾ। ਉਹਨਾਂ ਨੇ ਕਿਹਾ ਕਿ ਮੇਰੀ ਓਪੀਟੀ ਹੈਗੀ ਹੈ, ਮੇਰੀ ਓਪੀਟੀ ਖਤਮ ਹੋਣ ਵਾਲੀ ਹੈ ਪਰ ਕੋਰੋਨਾ ਵਾਇਰਸ ਕਰਕੇ ਮੈਨੂੰ ਜੌਬ ਮਿਲੀ ਨਹੀਂ, ਕਿ ਮੇਰੀ ਓਪੀਟੀ ਐਕਸਟੈਂਡ ਹੋ ਸਕਦੀ ਹੈ ਕੋਈ ਇਸ ਦੇ ਤਹਿਤ ਅਸੀਂ ਜਿਹੜਾ ਆਪਣੀ ਐਕਸਟੈਂਸ਼ਨ ਕਰਾ ਸਕਦੇ ਹਾਂ? ਹਾਂਜੀ ਓਪੀਟੀ ਐਕਸਟੈਂਡ ਹੋਣ ਦੀ ਤਾਂ ਅਜੇ ਤੱਕ ਤਾਂ ਕੋਈ ਪ੍ਰੋਬਲਮ ਨਹੀਂ, ਕਿਉਂਕਿ ਜੇ ਉਹ ਅਮਰੀਕਾ ਦੇ ਵਿੱਚ ਨੇ ਜਿਹੜੇ ਸਟੂਡੈਂਟ ਜਾਂ ਜਿਹੜੇ ਇੱਥੇ ਹੈਗੇ ਆ ਉਹਨਾਂ ਨੂੰ ਪ੍ਰੋਬਲਮ ਨਹੀਂ ਹੈਗੀ, ਈਵਨ H1 ਵਾਲੇ ਵੀ ਜਿਹੜੇ ਇੱਥੇ ਆ, ਪ੍ਰੋਬਲਮ ਉਹਨਾਂ ਨੂੰ ਆ ਜਿਹੜੇ ਬਾਹਰੋਂ ਆਉਣਾ। ਸੋ ਜੇ ਇਹਨਾਂ ਦਾ ਓਪੀਟੀ ਜਿਹੜਾ ਮਤਲਬ ਸਟੇਟਸ ਵੈਲਿਡ ਆ ਤਾਂ ਇਹ ਉਹਨੂੰ ਐਕਸਟੈਂਡ ਕਰਾ ਸਕਦੇ ਆ, ਪਰ ਜਿਹੜਾ ਅੰਡਰਲਾਈਨ ਸਟੇਟਸ ਵੈਲਿਡ ਚਾਹੀਦਾ ਉਹਦੇ ਲਈ, ਜਿਹਨਾਂ ਇਹਨਾਂ ਦਾ ਸਟੂਡੈਂਟ ਸਟੇਟਸ ਸੀਗਾ ਜੇ ਉਹ ਮੇਨਟੇਨ ਕਰ ਰਹੇ ਆ ਜੇ ਵੀ ਇਹ, ਤੇ ਇਹਨਾਂ ਨੇ ਜਿਹੜੇ ਰਿਕੁਆਇਰਡ ਨੰਬਰ ਆਫ ਕਲਾਸਿਸ ਵਗੈਰਾ ਲਈਆਂ ਆਪਣੀਆਂ ਤੇ ਉਸ ਤੋਂ ਬਾਅਦ ਇਹਨਾਂ ਨੇ ਓਪੀਟੀ ਉਹਦੇ ਬੇਸ ਤੇ ਲਈ ਆ, ਤਾਂ ਉਹਨੂੰ ਐਕਸਟੈਂਡ ਕਰਾਉਣ ਦੀ ਟਰਾਈ ਕਰ ਸਕਦੇ, ਉਹ 'ਚ ਕੋਈ ਹਰਜ ਨਹੀਂ। ਉਹ ਇਹਨਾਂ ਨੇ ਉੱਥੇ ਬੈਨ ਨਹੀਂ ਲਾਇਆ ਕੋਈ ਵੀ, ਇਹਨਾਂ ਨੇ ਜਿਹੜੇ ਬਾਹਰੋਂ ਬੰਦਿਆਂ ਨੇ ਆਉਣਾ ਉੱਥੇ ਬੈਨ ਲਾਇਆ, ਜਿਹੜੇ ਅਮਰੀਕਾ ਦੇ ਵਿੱਚ ਹੈਗੇ ਕੋਈ ਵੀ ਚਾਹੇ ਹੈਗੇ ਆ ਉਹ ਇੱਥੇ ਅਪਲਾਈ ਕਰ ਸਕਦੇ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਜੀ।
ਨਿਊਯਾਰਕ ਨਿਊਜਰਸੀ ਤਾਂ ਸਾਡੀ ਕਮਿਊਨਿਟੀ ਦੇ ਵਿੱਚ ਅਗਰ ਅਸੀਂ ਗੱਲ ਕਰ ਲਈਏ ਈਸਟ ਕੋਸਟ ਦੇ ਵਿੱਚ ਤਾਂ ਬਿਜ਼ਨਸ ਓਰੀਐਂਟਡ ਸਾਡੇ ਇੱਥੇ ਇਮੀਗ੍ਰੈਂਟਸ ਰਹਿੰਦੇ ਨੇ, ਬਟ ਵੈਨ ਇਟ ਕਮਸ ਟੂ ਮੈਰੀਲੈਂਡ, ਵਰਜੀਨੀਆ, ਯੂ ਨੋ ਆਪਾਂ ਬਾਲਟੀਮੋਰ ਉਸ ਪਾਸੇ ਚਲੇ ਜਾਈਏ ਜਿੱਥੇ ਸਾਡੇ ਆਈਟੀ ਪ੍ਰੋਫੈਸ਼ਨਲਸ ਜਿਨ੍ਹਾਂ ਦੀ ਸਟੇਟਸ H1 ਦੇ ਉੱਤੇ ਹੈਗਾ, ਔਰ ਵੈਸਟ ਕੋਸਟ ਆ ਜਾਈਏ ਤਾਂ ਸ਼ਿਕਾਗੋ ਦੇ ਪਾਸੇ ਚਲੇ ਜਾਈਏ, ਕੈਲੀਫੋਰਨੀਆ, ਸੈਨ ਫਰਾਂਸਿਸਕੋ ਚਲੇ ਜਾਈਏ, LA ਚਲੇ ਜਾਈਏ, ਟੈਕਸਸ ਚਲੇ ਜਾਈਏ, ਐਰੀਜ਼ੋਨਾ ਚਲੇ ਜਾਈਏ, ਉੱਥੇ ਵੀ ਸਾਡੇ ਯੂ ਨੋ ਆਈਟੀ ਪ੍ਰੋਫੈਸ਼ਨਲਸ ਜਾਂ ਹੋਰ ਸਾਡੇ ਇੰਜੀਨੀਅਰਸ ਨੇ, ਡੈਟਰੋਇਟ ਚਲੇ ਜਾਈਏ ਮਿਡਵੈਸਟ ਦੇ ਵਿੱਚ ਤਾਂ ਉੱਥੇ ਵੀ ਸਾਡੇ ਆਈਟੀ ਪ੍ਰੋਫੈਸ਼ਨਲ ਇੰਜੀਨੀਅਰਸ ਨੇ, ਦੇ ਆਲ ਆਰ ਔਨ H1 ਵੀਜ਼ਾ, ਕੀ ਭਵਿੱਖ ਲੱਗਦਾ ਉਹਨਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ? ਜਿਹੜਾ ਤਾਂ ਅਮਰੀਕਾ ਦੇ ਵਿੱਚ ਹੈਗਾ ਜੀ ਉਹਨੂੰ ਤਾਂ ਨਹੀਂ ਪੈਂਦਾ ਫਰਕ ਕੋਈ, ਜੇ ਆਲਰੇਡੀ ਉਹ ਮਤਲਬ ਕੰਪਨੀ 'ਚ ਕੰਮ ਕਰ ਰਹੇ ਨੇ ਤੇ ਉਹਨਾਂ ਦੀ ਜਿਹੜੀ ਕੰਪਨੀ ਆ ਉਹਨਾਂ ਨੂੰ ਲੇਅ ਆਫ ਨਹੀਂ ਕਰਦੀ ਤੇ ਉਹਨਾਂ ਦੀ ਕੰਪਨੀ ਜਿਹੜੀ ਉਹਨਾਂ ਦੇ ਕੰਮ ਤੋਂ ਖੁਸ਼ ਆ ਜੀ, ਜੋ ਕਿ ਹੈ ਜ਼ਿਆਦਾ ਜਿਹੜੇ ਆਪਣੇ ਇੰਡੀਅਨਸ ਨੇ ਉਹ ਅੱਛਾ ਕੰਮ ਕਰਦੇ ਆ ਤੇ ਉਹਨਾਂ ਨੂੰ ਈਵਨ ਦੇਖੋ ਬੜੇ ਬੜੇ ਜਿਹੜੇ ਵੱਡੀਆਂ ਮਤਲਬ ਜਿਹੜੀਆਂ ਹੈਗੀਆਂ ਇੰਡਸਟਰੀ ਆ ਜਿਵੇਂ ਐਪਲ ਵਾਲੇ ਹੋ ਗਏ, ਉਦੋਂ ਬਾਅਦ ਗੂਗਲ ਵਾਲੇ ਹੋ ਗਏ, ਯਾਹੂ ਹੋ ਗਿਆ, ਮਾਈਕਰੋਸਾਫਟ, ਇਹ ਸਾਰਿਆਂ ਦੇ ਵਿੱਚ ਆਪਣੇ ਬੰਦੇ ਬਹੁਤ ਜ਼ਿਆਦਾ ਤੇ ਇਸ ਕਰਕੇ ਇਹਨਾਂ ਦੇ ਕੰਮ ਦੀ ਉੱਥੇ ਬੜੀ ਰਿਸਪੈਕਟ ਆ ਤੇ ਉਹ ਕੰਮ ਅੱਛਾ ਉਹਨਾਂ ਨੂੰ ਤਾਂ ਨਹੀਂ ਪੈਂਦਾ ਫਰਕ ਕੋਈ। ਰਾਈਟ, ਇਹ ਫਰਕ ਉਹਨਾਂ ਨੂੰ ਪਏਗਾ ਜਿਹੜੇ ਬੰਦੇ ਲੇ ਆਫ ਹੁੰਦੇ ਆ ਕਿ ਜਿਵੇਂ ਕੋਈ ਮਤਲਬ ਜਿਹੜੇ ਕਿਸੇ ਛੋਟੇ ਕੰਸਰਨ ਵਾਸਤੇ ਕੰਮ ਕਰ ਰਹੇ ਨੇ ਤੇ ਉਹ ਬੰਦ ਹੋ ਗਿਆ ਜਾਂ ਲੇ ਆਫ ਹੋ ਗਏ ਉਹਨਾਂ ਨੂੰ ਪ੍ਰੋਬਲਮ ਆਏਗੀ, ਜਾਂ ਜਿਹਨਾਂ ਨੇ ਅੱਗੇ ਤੋਂ ਆਉਣਾ ਦੁਬਾਰਾ ਜਿਵੇਂ ਕਿਸੇ ਨੂੰ ਇੰਡੀਆ ਤੋਂ ਕਿਸੇ ਨੇ ਬੁਲਾਉਣਾ ਉਹ ਦਸੰਬਰ ਤੱਕ ਹੈਗਾ, ਪਰ ਹੋਪਫੁਲੀ ਇਲੈਕਸ਼ਨ ਫੈਸਲਾ ਕਰੇਗੀ। ਜੇ ਤਾਂ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਜਿੱਤਦੇ ਆ ਤਾਂ ਜਿਹੜਾ ਇਹਨਾਂ ਨੇ ਬੈਨ ਲਾਇਆ ਇਹ ਬੈਨ ਅੱਗੇ ਵੀ ਚੱਲੇਗਾ ਕਿਉਂਕਿ ਇਹਨਾਂ ਨੇ ਆਪਣੀ ਇੰਟੈਂਸ਼ਨ ਕਲੀਅਰ ਕਰਤੀ ਆ ਵੀ ਮੈਂ ਤਾਂ ਮੈਰਿਟ ਬੇਸ ਸਿਸਟਮ ਬਣਾਉਣਾ, ਆਹ ਜਿਹੜਾ ਸਿਸਟਮ ਚੱਲ ਰਿਹਾ ਮੈਂ ਇਹਦਾ ਸਹਿਮਤ ਨਹੀਂ ਆ। ਤੇ ਜੇ ਟਰੰਪ ਹਾਰਦੇ ਆ ਇਲੈਕਸ਼ਨ ਦੇ ਵਿੱਚ, ਬਾਈਡਨ ਜਿੱਤੇ ਆ, ਫਿਰ ਪਾਲਿਸੀ ਚੇਂਜ ਹੋਏਗੀ, ਫਿਰ ਜਿਹੜਾ ਪੁਰਾਣਾ ਸਿਸਟਮ ਜਿਹੜਾ ਆਲਰੇਡੀ ਚੱਲ ਰਿਹਾ ਉਹੀ ਸਾਰਾ ਦੁਬਾਰਾ ਰਿਵਰਟ ਬੈਕ ਹੋਏਗਾ ਕਿਉਂਕਿ ਜਿਹੜਾ ਐਗਜ਼ੈਕਟਿਵ ਆਰਡਰ ਹੈ ਤਾਂ ਦਸੰਬਰ ਤੱਕ ਹੀ ਆ ਜੀ, ਤੋਂ ਇਸ ਤੋਂ ਬਾਅਦ ਇਹ ਮਤਲਬ ਐਕਸਟੈਂਡ ਜਿਹੜਾ ਹੈਗਾ ਉਹ ਕਰਨਾ ਪਏਗਾ, ਆਪਣੇ ਆਪ ਐਕਸਟੈਂਡ ਨਹੀਂ ਹੋਏਗਾ, ਸੋ ਦਸੰਬਰ 'ਚ ਖਤਮ ਹੋ ਜਾਏਗਾ। ਸੋ ਇਹ ਇਲੈਕਸ਼ਨ ਤੇ ਹਰਕੀਰਤ ਜੀ ਬਹੁਤ ਡਿਪੈਂਡ ਕਰੇਗਾ ਅਮਰੀਕਾ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ, ਇਹ ਇਲੈਕਸ਼ਨ ਜਿਹੜੀ ਆ ਇਮੀਗ੍ਰੇਸ਼ਨ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਇੰਪੋਰਟੈਂਟ ਆ। ਬਿਲਕੁਲ, ਅੱਜ ਤੱਕ ਕੋਈ ਵੀ ਜਿਹੜਾ ਪ੍ਰੈਜ਼ੀਡੈਂਟ ਆ ਉਹਦੀ ਇਲੈਕਸ਼ਨ ਇਮੀਗ੍ਰੇਸ਼ਨ ਦੇ ਪੁਆਇੰਟ ਆਫ ਵਿਊ ਨਾਲ ਇੰਨੀ ਇੰਪੋਰਟੈਂਟ ਨਹੀਂ ਹੋਈ ਜਿੰਨੀ ਕਿ ਇਹ ਇਲੈਕਸ਼ਨ ਆ। ਇਹਦੇ ਵਿੱਚ ਜਿਹੜਾ ਅਮਰੀਕਾ ਦਾ ਇਮੀਗ੍ਰੇਸ਼ਨ ਦਾ ਫਿਊਚਰ ਆ ਉਹ ਤੈਅ ਕਰੇਗੀ ਇਹ ਇਲੈਕਸ਼ਨ। ਠੀਕ ਹੈ, ਔਰ ਜਿਨ੍ਹਾਂ ਦੀ ਵਕੀਲ ਸਾਹਿਬ ਜੋ ਕਿ ਸੋਚ ਰਹੇ ਨੇ ਕਿ ਬਈ ਮੈਰਿਜ ਯੂ ਨੋ ਦੇ ਲਿਹਾਜ਼ ਨਾਲ ਜਿਨ੍ਹਾਂ ਦੇ ਪੇਪਰਸ ਬਣਦੇ ਨੇ ਜਾਂ ਫਿਰ ਆਪਾਂ ਹੋਰ ਵੇਖ ਲਈਏ ਜਿਹੜੇ ਸਟੇਟਸ ਬਣਦੇ ਨੇ ਉਹਨਾਂ ਦੇ ਲਈ ਕੀ ਕੁਝ ਸੁਰਖੀਆਂ ਨੇ? ਨਹੀਂ, ਜਿਹੜਾ ਇਸ ਤਰ੍ਹਾਂ ਜੀ ਕਿ ਜਿਹੜਾ ਮੈਰਿਜ ਹੈਗੀ ਆ ਜਿਹੜੀ ਬੇਸ ਤੇ ਆ, ਜਿਹੜਾ US ਸਿਟੀਜ਼ਨ ਹੈ ਉਹਦਾ ਰਾਈਟ ਆ ਵਿਆਹ ਕਰਨਾ, ਉਹਦਾ ਕਨਸਟੀਟਿਊਸ਼ਨਲ ਰਾਈਟ ਆ ਜੀ, ਉਹਨੂੰ ਕੋਈ ਵੀ ਸਰਕਾਰ ਕੋਈ ਵੀ ਪ੍ਰੈਜ਼ੀਡੈਂਟ ਖੋ ਨਹੀਂ ਸਕਦਾ ਕਿਉਂਕਿ ਕਨਸਟੀਟਿਊਸ਼ਨ ਜਿਹੜਾ ਜਿਹੜਾ ਅਮਰੀਕਾ ਦਾ ਕਨਸਟੀਟਿਊਸ਼ਨ ਆ ਉਹਦੇ ਵਿੱਚ ਲਿਖਿਆ ਕਿ ਸਿਟੀਜ਼ਨ ਨੂੰ ਹੱਕ ਹੈ ਵਿਆਹ ਕਰਨ ਦਾ ਕਿਤੋਂ ਵੀ। ਸੋ ਜਿਹੜਾ US ਸਿਟੀਜ਼ਨ ਜਾ ਕੇ ਵਿਆਹ ਕਰਦਾ ਤਾਂ ਉਹਦੇ 21 ਸਾਲ ਤੋਂ ਘੱਟ ਬੱਚੇ ਆ, ਜਾਂ ਫਿਆਂਸੇ ਵੀਜ਼ਾ ਕਰਦਾ ਜਾ ਕੇ ਜਿਵੇਂ ਇੰਗੇਜਮੈਂਟ ਕਰਦਾ, ਉਹ ਆਪਣੇ ਫਿਆਂਸੇ ਨੂੰ ਜਾਂ ਆਪਣੇ ਸਪਾਊਸ ਨੂੰ ਕਿਤੋਂ ਵੀ ਬੁਲਾ ਸਕਦਾ, ਚਾਹੇ ਇੰਡੀਆ 'ਚ ਹੋਵੇ ਚਾਹੇ ਕੈਨੇਡਾ 'ਚ ਹੋਵੇ, ਸੋ ਕਿਤੋਂ ਵੀ ਅਪਲਾਈ ਕਰਕੇ ਆ ਸਕਦਾ, ਉਹਦਾ ਕੋਈ ਜਿਹੜੀ ਹੈਗੀ ਫਸਟ ਪ੍ਰੈਫਰੈਂਸ ਕੈਟੇਗਰੀ ਆ ਤਾਂ ਉੱਤੇ ਕੋਈ ਬੈਨ ਨਹੀਂਗਾ, ਨਾ ਬੈਨ ਲਾਇਆ ਜਾ ਸਕਦਾ। ਠੀਕ ਹੈ ਜੀ, ਸੋ ਉਹ 'ਚ ਕੋਈ ਪ੍ਰੋਬਲਮ ਨਹੀਂ। ਜਿਵੇਂ ਇੱਥੇ ਜੇ ਵਿਆਹ ਕਰਾਉਣਾ ਕਿਸੇ ਨੇ ਤਾਂ ਜਿਹੜਾ ਸਿਟੀਜ਼ਨ ਉਹਦੇ ਨਾਲ ਹੀ ਵਿਆਹ ਕਰਾ ਕੇ ਉਹਨੂੰ ਪੱਕਾ ਕਰਾ ਰੱਖਦਾ ਜਿਹਦੀ ਲੀਗਲ ਐਂਟਰੀ ਹੋਵੇ। ਲੀਗਲ ਐਂਟਰੀ ਤੋਂ ਮੇਰਾ ਮਤਲਬ ਆ ਵੀ ਜਾਂ ਉਹ ਬੰਦਾ B1 B2 ਵੀਜ਼ੇ ਤੇ ਆਇਆ ਹੋਵੇ ਵਿਜ਼ਟਰ ਤੇ, ਜਾਂ ਉਹ F1 ਤੇ ਹੋਵੇ ਸਟੂਡੈਂਟ ਤੇ, ਜਾਂ H1 ਤੇ ਹੋਵੇ, ਜਾਂ L ਵੀਜ਼ੇ ਤੇ ਹੋਵੇ, ਤੇ ਜਾਂ ਉਹਨੂੰ I-94 ਮਿਲਿਆ ਹੋਵੇ, ਜਿਵੇਂ ਕਈਆਂ ਨੂੰ ਇੱਥੇ ਉਹ ਆਪ ਹੀ ਗਵਰਨਮੈਂਟ I-94 ਦੇ ਦਿੰਦੀ ਆ ਮਤਲਬ ਐਂਟਰੀ ਦੇ ਕੇ ਬਾਰਡਰ ਤੇ, ਉਹ ਹੋਵੇ। ਇਸ ਤੋਂ ਇਲਾਵਾ ਜੇ ਹੋਰ ਕਿਸੇ ਨਾਲ ਵੀ ਸਿਟੀਜ਼ਨ ਵਿਆਹ ਕਰਦਾ ਤਾਂ ਉਹਨੂੰ ਆਪਣੀ ਕੰਟਰੀ ਜਾਣਾ ਪਏਗਾ ਇੰਟਰਵਿਊ ਦੇਣ ਲਈ, ਤੇ ਉੱਥੇ ਫਿਰ ਵੇਵਰਸ ਵਗੈਰਾ 601 ਵੇਵਰ ਹੁੰਦਾ ਉਹ ਹੁੰਦਾ। ਸੋ ਵਿਆਹ ਜਿਹੜਾ ਹੈਗਾ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਕਿਉਂਕਿ ਜਿਹੜਾ ਸਿਟੀਜ਼ਨ ਦਾ ਕਨਸਟੀਟਿਊਸ਼ਨਲ ਰਾਈਟ ਹੋਣ ਕਰਕੇ ਉੱਤੇ ਕੋਈ ਵੀ ਪਾਬੰਦੀ ਕੋਈ ਬੈਨ ਨਾ ਲੱਗਿਆ ਤੇ ਨਾ ਲੱਗ ਸਕਦਾ। ਠੀਕ ਹੈ ਜੀ, ਮਿਹਰਬਾਨੀ ਵਕੀਲ ਸਾਹਿਬ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਲਈ ਕੋਈ ਸਲਾਹ? ਸਤਿ ਸ਼੍ਰੀ ਅਕਾਲ ਜੀ, ਸਲਾਹ ਦੇਖੋ ਜੀ ਇਹੀ ਆ ਬੇਸਿਕਲੀ ਕਿ ਇੱਕ ਤਾਂ ਪਹਿਲਾਂ ਆਪਣੇ ਆਪ ਨੂੰ ਸੇਫ ਰੱਖਣ, ਕਿਉਂਕਿ ਜਿਹੜਾ ਕਰੋਨਾ ਵਾਇਰਸ ਹੈਗਾ ਉਹ ਕਾਫੀ ਜ਼ਿਆਦਾ ਮਤਲਬ ਕਈ ਥਾਵਾਂ ਤੇ ਫੈਲ ਰਿਹਾ, ਖਾਸ ਕਰਕੇ ਕੈਲੀਫੋਰਨੀਆ ਨੇ ਅੱਜ ਹਰਕੀਰਤ ਜੀ ਜਿਹੜੇ ਹੈਗੇ ਰੋਲ ਬੈਕ ਕਰਤੇ ਆਪਣੇ ਜਿਹੜੇ ਕਾਫੀ ਜ਼ਿਆਦਾ ਡਿਸੀਜਨ ਨੇ। ਠੀਕ ਹੈ, ਉਹਨਾਂ ਨੇ ਬਾਰਾਂ ਬੰਦ ਕਰਤੀਆਂ, ਸਿਨੇਮੇ ਬੰਦ ਕਰਤੇ, ਡਾਈਨ ਇਨ ਬੰਦ ਕਰਤਾ ਤੇ ਮਤਲਬ ਕਈ ਕੁਝ ਬੰਦ ਕਰਤਾ। ਠੀਕ ਹੈ, ਤੇ ਤੁਸੀਂ ਲੱਕੀ ਹੋ ਨਿਊਯਾਰਕ ਦੇ ਵਿੱਚ ਜੀ, ਤੇ ਉੱਥੇ ਜਿਹੜਾ ਹੈਗਾ ਕਾਫੀ ਕੰਟਰੋਲਡ ਆ ਤੇ ਆਪਣੇ ਆਪ ਨੂੰ ਸੇਫ ਰੱਖਣ। ਬਾਕੀ ਜਿਹੜੀ ਇਮੀਗ੍ਰੇਸ਼ਨ ਦੀ ਜਿਹੜੀ ਕੋਈ ਵੀ ਸਲਾਹ ਜਿਵੇਂ ਆਪਾਂ ਦਿੰਨੇ ਆ ਜੀ, ਉਹ ਜਿਹੜੀਆਂ ਸਾਈਟਸ ਨੇ ਗਵਰਨਮੈਂਟ ਦੀਆਂ ਜਿਵੇਂ DHS ਦੀ ਸਾਈਟ ਆ ਜਾਂ USCIS ਦੀ ਹੈ ਜਾਂ ਕੋਰਟ ਦੀ, ਉਹ ਤੋਂ ਸਲਾਹ ਲੈਣ, ਨਾ ਕਿ ਅਫਵਾਹਾਂ ਤੇ ਜਿਵੇਂ ਆਮ ਆਪਾਂ ਕਰਦੇ ਆ ਉਹ WhatsApp ਦੇ ਉੱਤੇ। ਹਾਂ, ਅਫਵਾਹਾਂ ਦਾ ਬਾਜ਼ਾਰ ਗਰਮ ਹੈ। ਠੀਕ ਹੈ ਵਕੀਲ ਸਾਹਿਬ, ਤੁਸੀਂ ਵੀ ਆਪ ਦਾ ਧਿਆਨ ਰੱਖਿਓ, ਤੁਹਾਡੀ ਵੀ ਕਮਿਊਨਿਟੀ ਨੂੰ ਬਹੁਤ ਲੋੜ ਹੈ। ਕੈਲੀਫੋਰਨੀਆ ਦੇ ਵਿੱਚ ਤੁਸੀਂ ਇਸ ਟਾਈਮ ਮੌਜੂਦ ਹੋ ਤੇ ਉੱਥੇ ਤੁਸੀਂ ਦੱਸ ਹੀ ਰਹੇ ਹੋ ਕਿ ਕੇਸਿਸ ਵਧ ਰਹੇ ਨੇ, ਸੋ ਟੇਕ ਕੇਅਰ ਆਫ ਯੂਰਸੈਲਫ। ਚੰਗਾ, ਸਤਿ ਸ਼੍ਰੀ ਅਕਾਲ।
फिलहाल अज लॉ गाइड के नहीं मिलेंगे नैक्सट वीक। मैं हरकीरत सिंह आलूवालिया, धन्यवाद, सत श्री अकाल।